2022 पाकिस्तान ते इंडिया एशिया कप दे विच अर्शदीप सिंह तो एक कैच ड्रॉप हो जाता है जिस दे कारण अर्शदीप सिंह नूं लोक बहुत ज्यादा गलत बोलन लगदे ने इत्थों तक कि उस नूं खालिस्तानी भी कहा जाता है। पर उस तों बाद T20 वर्ल्ड कप दे विच अर्शदीप जिस तरह दे नाल कमबैक करता है उस दे नाल ओह सारिआं दे मूंह बंद कर दिंदा है ते अज भी 2023 दे IPL दे विच अर्शदीप सिंह विकटां तोड़ रिहा है। अज दी इस वीडियो दे विच असीं तुहानूं अर्शदीप सिंह दे औखे समें तों लैके अज दे समें दे विच पहुंचण बारे सारा कुछ दस्सांगे किवें उसदी मां उसनूं 25 किलोमीटर साइकिल दे उपर बिठा के क्रिकेट अकैडमी छड्डण जांदी सी ते किस तरह अर्शदीप सिंह इंटरनेशनल क्रिकेट दे विच सिलेक्ट होया ते उसदे कोल किहड़ा घर है उसकी कीमत की है उसदे कोल किहड़ियां गड्डियां ने ते अर्शदीप सिंह सालाना किन्ना कमाउंदा है अज दी वीडियो दे विच आपां इहनां बारे गल करांगे। सो जुड़े रहो मेरे नाल, मैं हां तुहाडा होस्ट जसप्रीत सिंह ते तुसीं देख रहे हो जो टीवी। अर्शदीप सिंह दा जन्म 5 फरवरी 1999 नूं मध्य प्रदेश दे एक छोटे जिहे पिंड दे विच होया सी। इन्हां दे पिता दर्शन सिंह CISF दे विच फौजी सन ते उन्हां दी बदली अक्सर हुंदी रहिंदी सी ते अर्शदीप सिंह दी मां बलजीत कौर एक हाउसवाइफ है। अर्शदीप सिंह जदों थोड़ा वड्डा होया तां इन्हां दे पिता दी पोस्टिंग मोहाली हो गई। 29 जनवरी 2006 नूं इंडिया ते पाकिस्तान दे विचकार एक टेस्ट मैच चल रहा सी जिस दे पहले ही ओवर दे विच पहली ही इनिंग दे विच इरफान पठान ने 3 विकटां लैके हैट्रिक मार दित्ती ते टीवी दे उपर अर्शदीप सिंह मैच देख रहा सी ते ओ इरफान पठान दी बॉलिंग तो काफी ज्यादा प्रभावित होया। ओ भी लेफ्ट आर्म पेस फास्ट बॉलर बनना चाहुंदा सी इरफान पठान दी तरह ते ओ गली महल्ले दे विच क्रिकेट खेडदे होए इस तरह ही अपनी बॉल पाउण दी कोशिश करदा हुंदा सी। अर्शदीप दे पिता भी अपने जमाने दे विच क्रिकेटर सन, उन्हां ने चंडीगढ़ तक डिस्ट्रिक्ट लेवल दे विच खेडिया सी पर किसी कारण अपनी खेड नूं अगे नहीं वधा सके। एक दिन अर्शदीप सिंह दे पिता ने अर्शदीप नूं बॉलिंग करदे होए देखिया ते ओ समझ गए कि अर्शदीप दे विच काफी ज्यादा टैलेंट है, जेकर इस नूं मौका मिले तां इह वधिया लेवल ते अगे जाके इंडिया दी टीम ਦੇ ਵਿੱਚ ਵੀ ਖੇਡ ਸਕਦਾ ਹੈ। ਇਸ ਦੇ ਕਾਰਨ ਹੀ ਅਰਸ਼ਦੀਪ ਦੇ ਪਿਤਾ ਇਸ ਨੂੰ 19 ਸੈਕਟਰ ਦੀ ਕ੍ਰਿਕਟ ਅਕੈਡਮੀ ਦੇ ਵਿੱਚ ਲੈ ਗਏ ਜਿੱਥੇ ਅਰਸ਼ਦੀਪ ਸਿੰਘ ਨੇ ਜਾ ਕੇ ਕ੍ਰਿਕਟ ਦੀਆਂ ਬੇਸਿਕ ਚੀਜ਼ਾਂ ਨੂੰ ਸਿੱਖਿਆ। ਇਹ ਕ੍ਰਿਕਟ ਅਕੈਡਮੀ ਅਰਸ਼ਦੀਪ ਦੇ ਘਰ ਤੋਂ 25 ਕਿਲੋਮੀਟਰ ਦੂਰ ਸੀ ਤੇ ਉਹਨਾਂ ਦੇ ਪਿਤਾ ਜ਼ਿਆਦਾਤਰ ਡਿਊਟੀ ਤੇ ਰਹਿਣ ਕਰਕੇ ਘਰ ਦੇ ਵਿੱਚ ਨਹੀਂ ਰਹਿੰਦੇ ਸਨ। ਇਸ ਲਈ ਅਰਸ਼ਦੀਪ ਦੀ ਮਾਂ ਬਲਜੀਤ ਕੌਰ ਅਰਸ਼ਦੀਪ ਨੂੰ ਪਹਿਲਾਂ 25 ਕਿਲੋਮੀਟਰ ਸਾਈਕਲ ਚਲਾ ਕੇ ਅਕੈਡਮੀ ਛੱਡ ਕੇ ਆਉਂਦੀ ਤੇ ਫਿਰ ਲੈ ਕੇ ਆਉਂਦੀ ਤੇ ਲਗਾਤਾਰ ਉਹਨਾਂ ਨੇ ਅਜਿਹਾ 4 ਸਾਲਾਂ ਤੱਕ ਕੀਤਾ। ਇਹਨਾਂ 4 ਸਾਲਾਂ ਦੇ ਵਿੱਚ ਜਿਹੜਾ ਰਿਜ਼ਲਟ ਅਰਸ਼ਦੀਪ ਦੇ ਪਿਤਾ ਅਰਸ਼ਦੀਪ ਤੋਂ ਭਾਲਦੇ ਸਨ ਉਹਨਾਂ ਨੂੰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਅਰਸ਼ਦੀਪ ਦੇ ਪਿਤਾ ਅਰਸ਼ਦੀਪ ਨੂੰ ਸੈਕਟਰ 36 ਦੀ ਗੁਰੂ ਨਾਨਕ ਪਬਲਿਕ ਸਕੂਲ ਦੀ ਕ੍ਰਿਕਟ ਅਕੈਡਮੀ ਦੇ ਵਿੱਚ ਲੈ ਗਏ। ਉੱਥੇ ਹੀ ਅਰਸ਼ਦੀਪ ਸਿੰਘ ਦੇ ਕੋਚ ਜਸਵੰਤ ਰਾਏ ਪਹਿਲੀ ਵਾਰ ਅਰਸ਼ਦੀਪ ਸਿੰਘ ਨੂੰ ਮਿਲੇ ਤੇ ਉਹ ਦੇਖਦੇ ਹੀ ਸਮਝ ਗਏ ਕਿ ਇਸ ਲੜਕੇ ਦੇ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ। ਅਰਸ਼ਦੀਪ ਨੇ ਆਪਣੇ ਕੋਚ ਜਸਵੰਤ ਰਾਏ ਦੇ ਅੰਡਰ ਰਹਿ ਕੇ ਟ੍ਰੇਨਿੰਗ ਕੀਤੀ ਤੇ ਅੱਗੇ ਦੀ ਅੱਗੇ ਉਸ ਦੀ ਪਰਫਾਰਮੈਂਸ ਦਿਨ ਬੋ ਦਿਨ ਹੋਰ ਵਧੀਆ ਹੁੰਦੀ ਗਈ। ਉਸ ਤੋਂ ਬਾਅਦ ਸਾਲ 2017 ਤੇ 2018 ਅਰਸ਼ਦੀਪ ਦੇ ਕੈਰੀਅਰ ਦਾ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ। DP ਆਜ਼ਾਦ ਟਰਾਫੀ ਚੰਡੀਗੜ੍ਹ ਵੱਲੋਂ ਖੇਡਦੇ ਹੋਏ ਅਰਸ਼ਦੀਪ ਨੇ 5 ਮੈਚਾਂ ਦੇ ਵਿੱਚ 19 ਵਿਕਟ ਲਏ ਤੇ ਇਸ ਟੀਮ ਦੇ ਵਿੱਚ ਉਸ ਦੀ ਵਧੀਆ ਪਰਫਾਰਮੈਂਸ ਹੋਣ ਦੇ ਕਾਰਨ ਉਸ ਨੂੰ ਅੰਡਰ ਪੰਜਾਬ ਟੀਮ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਇੱਥੇ ਵੀ ਇਹਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ 4 ਮੈਚਾਂ ਦੇ ਵਿੱਚ 19 ਵਿਕਟ ਲਏ ਤੇ ਡੋਮੈਸਟਿਕ ਲੈਵਲ ਤੇ ਇੰਨੀ ਵਧੀਆ ਪਰਫਾਰਮੈਂਸ ਦੇਣ ਤੋਂ ਬਾਅਦ ਉਹਨਾਂ ਨੂੰ ਅੰਡਰ 19 ਇੰਡੀਆ ਦੀ ਟੀਮ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਪਰ ਇਸ ਸੀਰੀ ਦੇ ਵਿੱਚ ਉਹਨਾਂ ਨੂੰ ਸਿਰਫ ਇੱਕ ਹੀ ਮੈਚ ਖੜਾਇਆ ਗਿਆ। ਇਸ ਤੋਂ ਬਾਅਦ 2018 ਦੇ ਅੰਡਰ 19 ਵਰਲਡ ਕੱਪ ਦੇ ਵਿੱਚ ਅਰਸ਼ਦੀਪ ਨੂੰ ਸ਼ਾਮਲ ਕੀਤਾ ਗਿਆ ਤੇ ਇੰਡੀਆ ਇਹ ਵਰਲਡ ਕੱਪ ਜਿੱਤ ਵੀ ਜਾਂਦਾ ਹੈ। ਪਰ ਅਰਸ਼ਦੀਪ ਨੂੰ ਇਹਨਾਂ ਮੈਚਾਂ ਦੇ ਵਿੱਚ ਜ਼ਿਆਦਾਤਰ ਬਾਹਰ ਹੀ ਬਿਠਾਇਆ ਗਿਆ। ਇਸ ਤੋਂ ਬਾਅਦ ਸਾਲ ਆਇਆ ਜੀ 2019 ਜਿਸ ਦੇ IPL ਸੀਜ਼ਨ ਦੇ ਵਿੱਚ ਪੰਜਾਬ ਕਿੰਗਸ 11 ਦੀ ਟੀਮ ਨੇ 20 ਲੱਖ ਦੀ ਬੇਸਿਕ ਕੀਮਤ ਦੇ ਵਿੱਚ ਅਰਸ਼ਦੀਪ ਨੂੰ ਆਪਣੀ ਟੀਮ ਦੇ ਵਿੱਚ ਸ਼ਾਮਲ ਕਰ ਲਿਆ। 2019 ਦੇ ਰਾਜਸਥਾਨ ਖਿਲਾਫ ਮੈਚ ਦੇ ਵਿੱਚ ਅਰਸ਼ਦੀਪ ਸਿੰਘ ਨੇ IPL ਦੇ ਵਿੱਚ ਡੈਬਿਊ ਕੀਤਾ। 2019 ਤੇ 2020 ਦੇ IPL ਦੇ ਵਿੱਚ ਅਰਸ਼ਦੀਪ ਸਿੰਘ ਨੂੰ ਜ਼ਿਆਦਾ ਵਿਕਟ ਨਹੀਂ ਮਿਲੇ ਪਰ ਡੈਥ ਓਵਰਾਂ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਕਾਫੀ ਜ਼ਿਆਦਾ ਵਧੀਆ ਸੀ। 25 ਦਸੰਬਰ 2019 ਨੂੰ ਅਰਸ਼ਦੀਪ ਸਿੰਘ ਨੇ ਫਸਟ ਕਲਾਸ ਕ੍ਰਿਕਟ ਦੇ ਵਿੱਚ ਡੈਬਿਊ ਕੀਤਾ ਤੇ ਆਪਣੇ ਡੈਬਿਊ ਮੈਚ ਦੇ ਵਿੱਚ ਹੀ ਇਹਨਾਂ ਨੇ 3 ਵਿਕਟ ਲਏ। ਇੰਨੇ ਵਧੀਆ ਪਰਫਾਰਮੈਂਸ ਦੇ ਕਾਰਨ ਵੀ ਇਹਨਾਂ ਨੂੰ ਜ਼ਿਆਦਾ ਮੈਚਾਂ ਦੇ ਵਿੱਚ ਉੱਥੇ ਵੀ ਨਹੀਂ ਖਿਡਾਇਆ ਗਿਆ। 2021 ਦੇ IPL ਦੇ ਵਿੱਚ ਵੀ ਅਰਸ਼ਦੀਪ ਸਿੰਘ ਨੇ 12 ਮੈਚਾਂ ਦੇ ਵਿੱਚ 18 ਵਿਕਟ ਲਏ। ਇਸ ਤੋਂ ਬਾਅਦ 2021 ਸ਼੍ਰੀਲੰਕਾ ਦੇ ਟੂਰ ਦੇ ਲਈ ਉਹਨਾਂ ਨੂੰ ਨੈੱਟ ਬਾਲਰ ਦੇ ਤੌਰ ਤੇ ਇੰਡੀਆ ਦੀ ਟੀਮ ਦੇ ਵਿੱਚ ਚੁਣਿਆ ਗਿਆ। 2022 IPL ਦੇ ਵਿੱਚ ਵੀ ਅਰਸ਼ਦੀਪ ਦਾ ਪ੍ਰਦਰਸ਼ਨ ਠੀਕ ਠਾਕ ਹੀ ਰਿਹਾ। ਜੂਨ 2022 ਸਾਊਥ ਅਫਰੀਕਾ ਦੇ ਖਿਲਾਫ T20 ਸੀਰੀਜ਼ ਦੇ ਵਿੱਚ ਅਰਸ਼ਦੀਪ ਸਿੰਘ ਨੂੰ ਇੰਡੀਆ ਦੀ ਕ੍ਰਿਕਟ ਟੀਮ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਆਪਣੇ ਪਹਿਲੇ ਹੀ ਮੈਚ ਦੇ ਵਿੱਚ ਇਹਨਾਂ ਨੇ 3 ਵਿਕਟਾਂ ਵੀ ਲਈਆਂ। ਇਸ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਇੰਗਲੈਂਡ ਦੇ ਖਿਲਾਫ 8 ਅਗਸਤ 2022 ਨੂੰ ਏਸ਼ੀਆ ਕੱਪ ਦੇ ਵਿੱਚ ਆਪਣਾ ਡੈਬਿਊ ਕੀਤਾ। ਇਹ ਉਹੀ ਟੂਰਨਾਮੈਂਟ ਸੀ ਜਿਸ ਦੇ ਵਿੱਚ ਅਰਸ਼ਦੀਪ ਸਿੰਘ ਨੇ ਕਾਫੀ ਜ਼ਿਆਦਾ ਬੁਰੀ ਬੋਲਿੰਗ ਅਤੇ ਫੀਲਡਿੰਗ ਕੀਤੀ ਸੀ। ਇਸ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਪਾਕਿਸਤਾਨ ਵਰਸਸ ਇੰਡੀਆ ਦੇ ਮੈਚ ਦੇ ਵਿੱਚ ਵੀ ਇੱਕ ਕਾਫੀ ਜ਼ਿਆਦਾ ਇੰਪੋਰਟੈਂਟ ਕੈਚ ਛੱਡ ਦਿੱਤਾ ਸੀ ਜਿਸ ਤੋਂ ਬਾਅਦ ਆਡੀਅੰਸ ਨੇ ਇਹਨਾਂ ਨੂੰ ਕਾਫੀ ਜ਼ਿਆਦਾ ਟ੍ਰੋਲ ਕੀਤਾ, ਇਥੋਂ ਤੱਕ ਕਿ ਇਹਨਾਂ ਨੂੰ ਖਾਲਿਸਤਾਨੀ ਤੱਕ ਵੀ ਕਿਹਾ ਗਿਆ। ਪਰ ਇਸ ਤੋਂ ਬਾਅਦ ਹੀ ਅਰਸ਼ਦੀਪ ਸਿੰਘ ਨੇ T20 ਵਰਲਡ ਕੱਪ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਅਜਿਹਾ ਪ੍ਰਦਰਸ਼ਨ ਕੀਤਾ ਕਿ ਇਸ ਨੇ ਆਪਣੇ ਸਾਰੇ ਉਲੰਬੇ ਲਾ ਦਿੱਤੇ ਅਤੇ ਆਪਣੇ ਹੇਟਰਾਂ ਦੇ ਮੂੰਹ ਦੇ ਉੱਪਰ ਟੇਪ ਲਗਾ ਦਿੱਤੀ। ਇਹਨਾਂ ਨੇ ਇੱਥੇ ਹੀ ਬਸ ਨਹੀਂ ਕੀਤਾ, ਇਹ T20 ਵਰਲਡ ਕੱਪ ਦੇ ਵਿੱਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਵੀ ਪਲੇਅਰ
बने। अर्शदीप सिंह अज जिहड़े मुकाम दे उपर है, यह मुकाम उसने अपनी मेहनत ते अपने मां प्यो दे साथ दे नाल हासिल कीता है। हुण आपां गल करदे हां अर्शदीप सिंह दी कमाई दी। अर्शदीप सिंह अपने एक T20 मैच दे लई 2 लख लैंदे हन, यह अपने टेस्ट मैच दे लई 5 लख लैंदे ने। अर्शदीप दी वनडे मैच दे लई फीस है 3 लख रुपए। अर्शदीप सिंह एक IPL सीजन दे लई 20 लख लैंदे ने, यह अंकड़े सारे 2022 दे ने। अर्शदीप किसी ब्रांड की मशहूरी दे लई भी 20 लख लैंदे ने। जेकर आपां ओवरऑल देखिए तां अर्शदीप दी कमाई जिहड़ी सालाना है वह है 7 करोड़ रुपए। अर्शदीप सिंह दिल्ली दे विच अपने एक शानदार घर दे विच रहिंदे ने, जिस दी कीमत 8 करोड़ रुपए है। अर्शदीप सिंह दे कोल एक ही कार है, वह है जी टोयोटा फॉर्चूनर। असीं जी अर्शदीप सिंह दे बारे कुछ जानकारी तुहानूं साडी वीडियो किदां लगी कमेंट करके जरूर दसना, ते साडे YouTube दे चैनल जो टीवी नूं जरूर सबसक्राइब करना। धन्यवाद।